ਤੁਸੀਂ ਜੁੜ ਚੁੱਕੇ ਹੋ ਖਬਰ ਦੇ ਨਾਲ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਨੇਤਾ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਸਰਦਾਰ ਜਗਰੂਪ ਸਿੰਘ ਸੇਖਵਾਂ ਜੀ ਮੌਜੂਦ ਨੇ, ਜਿਨ੍ਹਾਂ ਦੇ ਨਾਲ ਅਸੀਂ ਗੱਲ ਕਰਕੇ ਪੰਜਾਬ ਦੇ ਤਮਾਮ ਤੇਜ਼ੀ ਨਾਲ ਬਦਲਦੇ ਜਿਹੜੇ ਰਾਜਨੀਤਿਕ ਘਟਨਾਕ੍ਰਮ ਆ ਉਹਨਾਂ ਨੂੰ ਲੈ ਕੇ ਔਰ ਹੋਰ ਵੱਖ ਵੱਖ ਮੁੱਦਿਆਂ ਦੇ ਉੱਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਚੇਅਰਮੈਨ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਜੀ ਖਬਰ ਚੈਨਲ 'ਚ ਸਵਾਗਤ ਆ। ਬਹੁਤ ਧੰਨਵਾਦ ਜੀ। ਸਰ, ਸਭ ਤੋਂ ਪਹਿਲਾਂ ਮੇਰਾ ਸਵਾਲ ਆ ਕਿ ਸੀਐਮ ਸਾਹਿਬ ਨੇ ਅੱਜ ਜਿਹੜਾ ਵਾ ਪਟਵਾਰੀਆਂ ਨੂੰ ਲੈ ਕੇ ਇੱਕ ਐਲਾਨ ਕੀਤਾ ਵਾ, ਇਸ ਐਲਾਨ ਨੂੰ ਸਰ ਕਿੱਦਾਂ ਦੇਖਦੇ ਹੋ? ਬੜਾ ਹੀ ਦਲੇਰਾਨਾ ਫੈਸਲਾ ਲਿਆ ਉਹਨਾਂ ਨੇ ਜੀ, ਕਿਉਂਕਿ ਬੜੀ ਸਮੇਂ ਦੀ ਲੋੜ ਸੀਗੀ ਜੀ, ਕਿਉਂਕਿ ਜਿੰਨੀ ਪਾਰਦਰਸ਼ਾ ਤਹਿਸੀਲਾਂ 'ਚ ਚਾਹੀਦੀ ਆ ਉਨੀ ਨਹੀਂ ਹੈਗੀ, ਔਰ ਜਿਹੜੀਆਂ ਮੰਗਾਂ ਨੇ ਉਹ ਵੀ ਕੋਈ ਐਡੀਆਂ ਬੇਲੋੜੀਆਂ ਮੰਗਾਂ ਰੱਖ ਰਹੇ ਆ, ਔਰ ਸੀਐਮ ਸਾਹਿਬ ਨੇ ਬੜਾ ਅੱਛਾ ਫੈਸਲਾ ਲਿਆ ਵਾ ਔਰ ਉਹਦਾ ਮੈਂ ਸਵਾਗਤ ਕਰਾਂ ਜੀ। ਸੇਖਵਾਂ ਸਾਹਿਬ, ਅਗਲਾ ਮੇਰਾ ਸਵਾਲ ਆ, ਕੱਲ੍ਹ ਇੰਡੀਆ ਗਠਬੰਧਨ ਦੀ ਇੱਕ ਮਹਾਰਾਸ਼ਟਰ ਦੀ ਮੀਟਿੰਗ ਹੁੰਦੀ ਹੈ ਔਰ ਉੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਤਮਾਮ ਕੋਈ 30 ਦੇ ਕਰੀਬ ਸਿਆਸੀ ਦਲ ਜਿਹੜੇ ਆ ਇਕੱਠੇ ਇੱਕ ਮੰਚ 'ਤੇ ਨਜ਼ਰ ਆਉਂਦੇ ਆ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਕਿਉਂਕਿ ਲੋਕ ਵੀ ਇਸ ਦੁਵਿਧਾ ਦੇ ਵਿੱਚ ਨੇ, ਜਿੱਦਾਂ ਕੱਲ੍ਹ ਦਾ ਮੀਡੀਆ ਅਦਾਰਿਆਂ ਦੇ ਵਿੱਚ ਕਾਫੀ ਇਹ ਗੱਲ ਚੱਲ ਰਹੀ ਹੈ ਕਿ ਨੈਸ਼ਨਲ ਲੈਵਲ 'ਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੀਆਂ ਹੋ ਰਹੀਆਂ, ਇਸ ਨੂੰ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਜਦੋਂ ਦੇਸ਼ ਦੀ ਗੱਲ ਆ ਜਾਂਦੀ ਆ ਜੀ, ਫਿਰ ਜਿਹੜੇ ਨਿੱਜੀ ਹਿੱਤ ਵਾ ਉਹ ਤਿਆਗਣੇ ਪੈਂਦੇ ਜੀ। ਸੋ ਇਸ ਵੇਲੇ ਸਾਡੀ ਲੜਾਈ ਆ 24 ਦੀ ਜੀ ਕਿ ਮੋਦੀ ਦਾ ਜਿਹੜਾ ਰੱਥ ਹੈ ਉਹਨੂੰ ਕਿੱਦਾਂ ਰੋਕਣਾ ਜੀ, ਔਰ ਇਹ ਸਾਰੀਆਂ ਜਿੰਨੀਆਂ ਵਿਰੋਧੀ ਧਿਰ ਦੀਆਂ ਪ੍ਰਮੁੱਖ ਪਾਰਟੀਆਂ ਨੇ ਉਹ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋ ਰਹੀਆਂ ਔਰ ਆਪਣੇ ਜਿਹੜੇ ਨਿੱਜੀ ਹਿੱਤ ਨੇ ਉਹਨਾਂ ਨੂੰ ਸਾਈਡ 'ਤੇ ਰੱਖ ਕੇ ਜੀ ਕਾਮਨ ਪਲੇਟਫਾਰਮ 'ਤੇ ਇਕੱਠੀਆਂ ਹੋ ਕੇ ਅਤੇ ਰਲ ਕੇ ਲੜਾਈ ਦੇ ਰਹੀਆਂ ਜੀ, ਔਰ ਜਦੋਂ ਇਹ ਰਲ ਕੇ ਲੜਾਈ ਦੇਣਗੀਆਂ ਤਾਂ ਇਹ ਬੀਜੇਪੀ ਨੂੰ ਜਿਹੜਾ ਵਾ ਹਰਾਉਣ ਦੇ ਵਿੱਚ ਸਮਰੱਥ ਨੇ ਜੀ। ਸੇਖਵਾਂ ਸਾਹਿਬ, ਮੇਰਾ ਅਗਲਾ ਸਵਾਲ ਆ ਜੀ, ਪੰਜਾਬ ਸਰਕਾਰ ਨੇ ਪਿਛਲੇ ਦਿਨੀ ਹਾਈਕੋਰਟ ਤੋਂ ਜਿਹੜਾ ਵਾ ਚੋਣਾਂ ਦਾ ਨੋਟੀਫਿਕੇਸ਼ਨ ਜਿਹੜਾ ਵਾਪਸ ਲਿਆ ਪੰਚਾਇਤੀ ਚੋਣਾਂ ਦਾ, ਵਿਰੋਧੀਆਂ ਵੱਲੋਂ ਜਿਹੜਾ ਵਾ ਇੱਕਦਮ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ, ਇਸ ਨੂੰ ਕਿੱਦਾਂ ਦੇਖਦੇ? ਦੇਖੋ, ਗੱਲ ਇਹ ਆ ਜੀ ਕਿ ਜਿਹੜਾ ਪਹਿਲਾ ਨੋਟੀਫਿਕੇਸ਼ਨ ਹੋਇਆ ਸੀਗਾ ਉਹ 'ਚ ਕੋਈ ਮੁਲਤਵੀਆਂ ਰਹਿ ਗਈਆਂ ਸੀ ਜੀ, ਸੋ ਇਸ ਕਰਕੇ ਪੰਜਾਬ ਸਰਕਾਰ ਨੇ ਉਹ ਨੋਟੀਫਿਕੇਸ਼ਨ ਜਿਹੜਾ ਵਾ ਵਾਪਸ ਲੈ ਲਿਆ ਜੀ। ਆਉਣ ਵਾਲੇ ਨੇੜੇ ਭਵਿੱਖ ਦੇ ਵਿੱਚ ਦੁਬਾਰਾ ਜਦੋਂ ਸਾਰੀ ਫਾਰਮੈਲਿਟੀ ਜੋ ਵੀ ਉਹਦੀਆਂ ਰਿਕੁਆਇਰਮੈਂਟਸ ਆ ਪੂਰੀਆਂ ਹੋ ਜਾਣਗੀਆਂ, ਦੁਬਾਰਾ ਜਿਹੜਾ ਵਾ ਨੋਟੀਫਿਕੇਸ਼ਨ ਉਹ ਕਰਤਾ ਜਾਊਗਾ, ਪੰਚਾਇਤ 'ਚ ਵੀ ਚੋਣਾਂ ਉਹ ਕਰਵਾਈਆਂ ਜਾਣਗੀਆਂ ਜੀ। ਸੇਖਵਾਂ ਸਾਹਿਬ, ਮੇਰਾ ਅਗਲਾ ਸਵਾਲ ਆ ਜੀ, ਖੇਡਾਂ ਵਤਨ ਪੰਜਾਬ ਦੀਆਂ, ਬੜਾ ਅੱਛਾ ਜਿਹੜਾ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਵਾ, ਖੇਡਾਂ ਵਤਨ ਪੰਜਾਬ ਦੇ ਸੀਜ਼ਨ 2 ਦੀ ਸ਼ੁਰੂਆਤ ਹੋਈ ਆ, ਇਹਨਾਂ ਖੇਡਾਂ ਨੂੰ ਜਿਹੜਾ ਵਾ ਕਿਸ ਤਰ੍ਹਾਂ ਪੰਜਾਬ ਦੇ ਯੂਥ ਨਾਲ ਜੋੜ ਕੇ ਦੇਖਦੇ? ਦੇਖੋ, ਇਹ ਸਰਕਾਰ ਦਾ ਬਹੁਤ ਹੀ ਅੱਛਾ ਫੈਸਲਾ ਜੀ ਕਿ ਪੰਜਾਬ ਦਾ ਜਿਹੜਾ ਨੌਜਵਾਨ ਆ ਉਹਨੂੰ ਸਹੀ ਡਾਇਰੈਕਸ਼ਨ 'ਚ ਲਾਉਣਾ ਜੀ, ਕਿਉਂਕਿ ਪੰਜਾਬ ਦਾ ਸੱਭਿਆਚਾਰ ਜਿਹੜਾ ਵਾ ਖੇਡਾਂ ਨਾਲ ਜੁੜਿਆ ਹੋਇਆ ਵਾ ਜੀ, ਔਰ ਪਿਛਲੇ ਸਮੇਂ ਦੇ ਵਿੱਚ ਜਿਹੜਾ ਨੌਜਵਾਨ ਸੀਗਾ ਜੀ ਉਹ ਇਹਨਾਂ ਸਰਕਾਰਾਂ ਵੱਲੋਂ ਜਿਹੜਾ ਇਹਨਾਂ ਨੌਜਵਾਨਾਂ ਨੂੰ ਖੇਡਾਂ ਵੱਲ ਨੂੰ ਪ੍ਰਫੁੱਲਿਤ ਨਹੀਂ ਕੀਤਾ ਜੀ, ਸੋ ਇਹ ਜਿਹੜੀਆਂ ਖੇਡਾਂ ਨੇ ਇਹ ਨੌਜਵਾਨਾਂ ਦੇ ਲਈ ਇੱਕ ਬੜਾ ਚੰਗਾ ਪਲੇਟਫਾਰਮ ਸਾਬਤ ਹੋਣਗੀਆਂ ਔਰ ਇਹਦੇ ਵਿੱਚੋਂ ਜਿਹੜੇ ਖਿਡਾਰੀ ਜਿੱਤ ਕੇ ਆਉਣਗੇ ਸਾਨੂੰ ਇੱਕ ਪਨੀਰੀ ਮਿਲੂਗੀ, ਔਰ ਹੁਣ ਨਵੀਂ ਜਿਹੜੀ ਖੇਡ ਪਾਲਿਸੀ ਆਈ ਆ ਉਹਦੇ ਵਿੱਚ ਜਿਹੜੇ ਕੋਚ ਨੇ ਉਹ 250 ਤੋਂ ਵਧਾ ਕੇ 2300 ਕਰ ਦਿੱਤੇ ਗਏ ਜੀ, ਸੋ ਇਹ ਖਿਡਾਰੀ ਜਿਹੜੇ ਬਲਾਕ ਲੈਵਲ 'ਤੇ ਜ਼ਿਲ੍ਹਾ ਲੈਵਲ 'ਤੇ ਸਟੇਟ ਲੈਵਲ 'ਤੇ ਜਿੱਤ ਕੇ ਆਉਣਗੇ ਇਹਨਾਂ ਨੂੰ ਅੱਛੀ ਕੋਚਿੰਗ ਦਿੱਤੀ ਜਾਊਗੀ ਆਪੋ ਆਪਣੀ ਗੇਮ ਦੇ ਵਿੱਚ ਤਾਂ ਕਿ ਇਹ ਨੈਸ਼ਨਲ ਲੈਵਲ 'ਤੇ ਜੀ ਪੰਜਾਬ ਨੂੰ ਔਰ ਉਹ ਤੋਂ ਅੱਗੇ ਦੇਸ਼ ਨੂੰ ਇੰਟਰਨੈਸ਼ਨਲ ਲੈਵਲ 'ਤੇ ਓਲੰਪਿਕਸ ਤੱਕ ਕਾਮਨਵੈਲਥ ਤੱਕ ਜਿਹੜਾ ਵਾ ਉਹ ਲੈ ਕੇ ਜਾਉਣ ਔਰ ਹਿੰਦੁਸਤਾਨ ਨੂੰ ਮੈਡਲ ਲਿਆ ਕੇ ਦੇਣ, ਪੰਜਾਬ ਨੂੰ ਮੈਡਲ ਲਿਆ। ਸੇਖਵਾਂ ਸਾਹਿਬ, ਅਗਲਾ ਸਵਾਲ ਆ, ਜਿੱਦਾਂ ਅੱਜ ਹੀ ਤੁਸੀਂ ਪਠਾਨਕੋਟ ਦੇਖ ਰਹੇ ਸੀ ਆਪਾਂ ਕਾਫੀ ਵੱਡੀ ਜੁਆਇਨਿੰਗ ਕਰਾਈ ਆ, ਇਕੱਲੀ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਤੁਹਾਡੇ ਹਲਕੇ 'ਚ ਵੀ ਰੋਜ਼ ਹੀ ਲਗਾਤਾਰ ਜੁਆਇਨਿੰਗ ਹੋ ਰਹੀਆਂ ਨੇ, ਪਿੱਛੇ ਲੁਧਿਆਣੇ ਦੇ ਵਿੱਚ ਬਹੁਤ ਵੱਡੀ ਜੁਆਇਨਿੰਗ ਤੁਸੀਂ ਕਰਾ ਕੇ ਆਏ ਹੋ, ਨਵਾਂ ਸ਼ਹਿਰ, ਇਹ ਸਾਰੇ ਪੰਜਾਬ ਦੇ ਵਿੱਚ ਇੱਕਦਮ ਇਹ ਕਿਹੜੀ ਚੀਜ਼ ਹੈ ਜਿਹਨੇ ਐਡਾ ਵੱਡਾ ਆਮ ਆਦਮੀ ਪਾਰਟੀ ਦੇ ਹੱਥ 'ਚ ਇੱਕ ਅੰਡਰ ਕਰੰਟ ਜਿਹੜਾ ਤੋਰਤਾ ਲੋਕ ਧਾਰਾ ਤੱਕ ਤੁਸੀਂ ਸ਼ਾਮਿਲ ਕਰ ਰਹੇ ਹੋ? ਦੇਖੋ, ਜਿਹੜੀ ਸਰਕਾਰ ਕੰਮ ਕਰ ਰਹੀ ਆ ਔਰ ਖਾਸ ਕਰਕੇ ਸਾਡੇ ਜਿਹੜੇ ਮੁੱਖ ਮੰਤਰੀ ਨੇ ਜੀ ਸਰਦਾਰ ਭਗਵੰਤ ਸਿੰਘ ਮਾਨ, ਉਹ ਇੰਨੇ ਇਮਾਨਦਾਰੀ ਦੇ ਨਾਲ ਜੀ ਔਰ ਇੰਨੀ ਮਿਹਨਤ ਨਾਲ ਇੰਨੀ ਸ਼ਿੱਦਤ ਦੇ ਨਾਲ ਕੰਮ ਕਰ ਰਹੇ ਆ, ਇੰਨੇ ਦਰੇਲਾਨਾ ਫੈਸਲੇ ਲੈ ਰਹੇ ਆ ਕਿ ਪੰਜਾਬ ਦੇ ਜਿਹੜੇ ਆਮ ਲੋਕ ਆ ਉਹ ਉਹਨਾਂ ਤੋਂ ਪ੍ਰਭਾਵਿਤ ਹੋ ਰਹੇ ਆ। ਇਤਿਹਾਸ ਦੇ ਵਿੱਚ ਜਿਹੜੇ 75 ਸਾਲਾਂ 'ਚੋਂ ਕੰਮ ਨਹੀਂ ਹੋਏ ਉਹ ਕੰਮ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਕੀਤੇ ਗਏ ਆ, ਜੋ ਇਲੈਕਸ਼ਨ ਦੇ ਵਿੱਚ ਗਰੰਟੀਆਂ ਦਿੱਤੀਆਂ ਸੀ
वह हौली हौली पूरिया हो रही जिस तरह तुम देखा कि बिजली 90% पंजाब है अं हूँ पिंडा च जाके स्टेजा तो लोगों को पुछीदा कि ता बिल जीरो आता कि नहीं आता और 90% लोग दोवें बाहों खड़िया करके कहते हैं कि वाकई साडा बिल जीरो आता सो 90% लोगों का बिल जीरो आ रहा लोगों को एक इस महंगाई के युग के बड़ी वीडी राहत मान साहब की सरकार ने दिखी है और ये तो अलावा जो हैल्थ मॉडल आ मोहल्ला क्लीनिक लगभग 500-600 खोले गए सारे पंजाब और जिहड़ियां मैडिकल सहूलत ने लोगों को फ्री के मिल रही ने और हुण तुसीं वेखो आयुष्मान कार्ड जिहड़े आ पिंडां दे विच कैंप लगा के बनाए जा रहे उहदे विच भी जिहड़ा 5 लाख तक का इलाज आ सरकारी ते है ही प्राइवेट हस्पतालां विच भी जिहड़ा वा मैडिकल दा वो फ्री आ और हर वर्ग नूं जिहड़ा वा 40,000 दे करीब नौजवानों को जिहड़ियां नौकरियां दित्तियां गईआं ने पंजाब सरकार च भर्ती की गई है किसानों नूं जिहड़ा वा ਉਹ ਹਰ ਸਹੂਲਤ ਦਿੱਤੀ ਜਾ ਰਹੀ ਆ ਟਾਈਮ ਨਾਲ ਆਪਣੇ ਜਿਹੜੀ ਬਿਜਲੀ ਆ ਬੰਬੀਆਂ ਦੀ ਖਾਸ ਕਰਕੇ ਉਹ ਦਿੱਤੀ ਜਾ ਰਹੀ ਆ ਤੇਲ ਤੱਕ ਪਾਣੀ ਜਿਹੜਾ ਵਾ ਪੰਜਾਬ ਸਰਕਾਰ ਨੇ ਇਸ ਵਾਰਾਂ ਜਿਹੜਾ ਵਾ ਉਹ ਪਹੁੰਚਾ ਦਿੱਤਾ ਵਾ ਔਰ ਕਿਸਾਨਾਂ ਨੂੰ ਜਿਹੜਾ ਵਾ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾ ਰਹੀ ਉਹਨਾਂ ਦੀ ਜਿਹੜੀ ਪੇਮੈਂਟ ਆ ਫਸਲ ਦੀ ਉਹ ਵੀ 48 ਘੰਟੇ ਦੇ ਵਿੱਚ ਜਿਹੜੀ ਆ ਉਹ ਪੈ ਰਹੀ ਆ ਸੋ ਪੰਜਾਬ ਦੀ ਕਿਸਾਨੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਮਾਨ ਸਰਕਾਰ 'ਤੇ ਬਹੁਤ ਪ੍ਰਭਾਵਿਤ ਆ ਔਰ ਇਹਨਾਂ ਚੰਗੀਆਂ ਪਾਲਸੀਆਂ ਕਰਕੇ ਜਿਹੜੇ ਆ ਲੋਕ ਹੁੰਮ ਹੁਮਾ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ਾਨਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਿਕਮਾ ਸਾਹਿਬ ਮੇਰਾ ਅਗਲਾ ਸਵਾਲ ਆ ਕਿ ਪੰਜਾਬ ਦੇ ਵਿੱਚ ਜਿਹੜਾ ਵਾ ਨਸ਼ਾ ਜਿਹੜਾ ਵਾ ਜਿਹੜਾ ਮੇਨ ਸਭ ਤੋਂ ਵੱਡਾ ਮੁੱਦਾ ਸੀਗਾ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਕੁਝ ਘੰਟੇ ਪਹਿਲਾਂ ਹੀ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹਰੂਵਾਲ ਪਿੰਡ ਵਾ 15 ਪੈਕਟ ਹੈਰੋਇਨ ਦੇ ਜਿਹੜੇ ਆ ਉੱਥੋਂ ਅੱਜ ਵੀ ਬਰਾਮਦ ਹੋਏ ਆ ਸਰ ਨਸ਼ਿਆਂ 'ਤੇ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਕਦੋਂ ਪੂਰੀ ਬ੍ਰੇਕ ਲੱਗੂਗੀ ਵੇਖੋ 15 ਅਗਸਤ 'ਤੇ ਤੁਸੀਂ ਮਾਨ ਸਾਹਿਬ ਦੀ ਸਪੀਚ ਸੁਣੀ ਹੋਣੀ ਆ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਜੰਗ ਦਾ ਐਲਾਨ ਕੀਤਾ ਜੀ ਔਰ ਮੈਂ 3-4 ਦਿਨ ਪਹਿਲਾਂ ਪੰਜਾਬ ਦੇ DGP ਸਾਹਿਬ ਨੂੰ ਮਿਲ ਕੇ ਆਇਆ ਸੀਗਾ ਔਰ ਉਹ ਵੀ ਪੂਰਾ ਹੁਣ ਕਿਉਂਕਿ ਮਾਨ ਸਾਹਿਬ ਨੇ ਬੜੀਆਂ ਸਖ਼ਤ ਡਾਇਰੈਕਸ਼ਨਾਂ ਦਿੱਤੀਆਂ ਨੇ ਕਿ ਕੇਵਲ ਨਸ਼ਾ ਦਾ ਮੁੱਦਾ ਰਹਿ ਗਿਆ ਬਾਕੀ ਸਾਰੇ ਮੁੱਦਿਆਂ 'ਤੇ ਸਰਕਾਰ ਨੇ ਵਧੀਆ ਕੰਮ ਜਿਹੜਾ ਵਾ ਕੀਤਾ ਹੋਇਆ ਜੀ ਸੋ ਸਰਕਾਰ ਦਾ ਹੁਣ ਸਾਰਾ ਧਿਆਨ ਹੀ ਜਿਹੜਾ ਵਾ ਉਹ ਨਸ਼ਿਆਂ ਵੱਲ ਨਕੇਲ ਪਾਉਣ ਨੂੰ ਆ ਔਰ ਇਹਦੇ ਵਿੱਚ ਅਸੀਂ ਪਾਲਿਸੀ ਬਣਾਈ ਆ ਕਿ ਕੈਂਪ ਲਾਏ ਜਾ ਰਹੇ ਨੇ ਬਲਾਕ ਪੱਧਰ 'ਤੇ ਪਿੰਡ ਪੱਧਰ 'ਤੇ ਲੋਕਾਂ ਨੂੰ ਜਿਹੜਾ ਵਾ ਇਨਵਾਲਵ ਕੀਤਾ ਜਾ ਰਿਹਾ ਇਹਦੇ ਵਿੱਚ ਕਿ ਅਸੀਂ ਇੱਕ ਜਿਹੜੀ ਨਸ਼ਿਆਂ ਦੇ ਖਿਲਾਫ ਆ ਇੱਕ ਲੋਕ ਲਹਿਰ ਜਿਹੜੀ ਆ ਪੰਜਾਬ ਦੇ ਵਿੱਚ ਤਿਆਰ ਕਰੀਏ ਕਿਉਂਕਿ ਇਕੱਲੀ ਸਰਕਾਰ ਨਹੀਂ ਜਿੰਨਾ ਚਿਰ ਸਾਨੂੰ ਆਮ ਲੋਕਾਂ ਦੀ ਮਦਦ ਨਹੀਂ ਮਿਲਦੀ ਉਹਨਾਂ ਚਿਰ ਨਸ਼ਿਆਂ ਦਾ ਕਿਉਂਕਿ ਨੈਕਸਸ ਇੰਨਾ ਵੱਡਾ ਵਾ ਉਹਦਾ ਖਾਤਮਾ ਕਰਨਾ ਜਿਹੜਾ ਬੜਾ ਔਖਾ ਸੋ ਹੁਣ ਅਸੀਂ ਲੋਕਾਂ ਦੀ ਮਦਦ ਲੈ ਰਹੇ ਹਾਂ ਤਾਂ ਕਿ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜ ਕੇ ਜਿਹੜਾ ਨਸ਼ਿਆਂ ਦਾ ਲੱਕ ਤੋੜਿਆ ਸਿਕਮਾ ਸਾਹਿਬ ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੁਸੀਂ ਨਵੀਂ ਅਹੁਦੇਦਾਰੀਆਂ ਵੀ ਦਿੱਤੀਆਂ ਵਾ ਕਾਫੀ ਲਿਸਟਾਂ ਜਿਹੜੀਆਂ ਵਾ ਉਹ ਆਮ ਆਦਮੀ ਪਾਰਟੀ ਵੱਲੋਂ ਜਾਰੀ ਹੋ ਰਹੀਆਂ ਵਾ ਜਿਹੜੇ ਨਵੇਂ ਚੁਣੇ ਹੋਏ ਅਹੁਦੇਦਾਰ ਆ ਜਿਨ੍ਹਾਂ ਨੂੰ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਦਿੱਤੀ ਆ ਇਹਨਾਂ ਨੂੰ ਜਿਹੜਾ ਵਾ ਤੁਸੀਂ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਦੇਖੋ ਆਮ ਆਦਮੀ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਜਿਹੜੀ ਘਰ ਆਵਾਜ਼ ਮਾਰ ਕੇ ਜਿਹੜੇ ਕੰਮ ਕਰਨ ਵਾਲੇ ਵਲੰਟੀਅਰ ਨੇ ਉਹਨਾਂ ਨੂੰ ਘਰ ਆਵਾਜ਼ ਮਾਰ ਕੇ ਅਹੁਦੇ ਦਿੱਤੇ ਜੀ ਸੋ ਬੜੇ ਵਧੀਆ ਅੱਛੀ ਟੀਮ ਜਿਹੜੀ ਆ ਸਾਡੇ ਕੇਜਰੀਵਾਲ ਸਾਹਿਬ ਨੇ ਮਾਨ ਸਾਹਿਬ ਨੇ ਔਰ ਪਾਠਕ ਸਾਹਿਬ ਨੇ ਔਰ ਸਾਡੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪ੍ਰਿੰਸੀਪਲ ਬੁੱਧਰਾਮ ਜੀ ਹੋਣਾ ਨੇ ਇਹ ਬੜੀ ਵਧੀਆ ਟੀਮ ਜਿਹੜੀ ਆ ਪੰਜਾਬ 'ਚ ਸਾਨੂੰ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਆ ਲੋਕ ਸਭਾ ਦੇ ਇੰਚਾਰਜ ਨਵੇਂ ਲੱਗੇ ਆ ਜ਼ਿਲ੍ਹਾ ਪ੍ਰਧਾਨ ਲੱਗੇ ਆ ਸੋ ਬੜੀ ਇੱਕ ਅੱਛੀ ਟੀਮ ਜਿਹੜੀ ਆ ਮਿਲੀ ਆ ਇਹਦੇ ਨਾਲ ਪਾਰਟੀ ਨੂੰ ਬੜਾ ਵੱਡਾ ਬਲ ਮਿਲੂਗਾ ਔਰ ਮੈਂ ਆਸ ਵੀ ਕਰਦਾ ਔਰ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦਾ ਜਿੰਨੇ ਨਵੇਂ ਨਵਨਿਯੁਕਤ ਅਹੁਦੇਦਾਰ ਸਾਹਿਬਾਨ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਵੀ ਦਿੰਦਾ ਕਿ ਮੈਨੂੰ ਪੂਰੀ ਆਸ ਆ ਕਿ ਉਹ ਜਿਹੜੀ ਦਿੱਤੀ ਜ਼ਿੰਮੇਵਾਰੀ ਆ ਬਖੂਬੀ ਢੰਗ ਨਾਲ ਨਿਭਾਉਣਗੇ ਔਰ ਪਾਰਟੀ ਨੂੰ ਗ੍ਰਾਸ ਰੂਟ ਲੈਵਲ 'ਤੇ ਜਿਹੜਾ ਵਾ ਉਹ ਪ੍ਰਫੁੱਲਿਤ ਕਰ ਸਿਕਮਾ ਸਾਹਿਬ ਲਾਸਟ ਸਵਾਲ ਆ ਮੇਰਾ ਅੱਜ ਦੇ ਇੰਟਰਵਿਊ ਦਾ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਜਿੱਦਾਂ ਰਾਜਨੀਤਿਕ ਘਟਨਾਕ੍ਰਮ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਵਾ ਕੇਜਰੀਵਾਲ ਸਾਹਿਬ ਦੀ ਸਟੇਟਮੈਂਟ ਆ ਰਹੀ ਆ ਇਕੱਠੇ ਇੱਕ ਮੰਚ 'ਤੇ ਸਾਰੀਆਂ ਪਾਰਟੀਆਂ ਨਜ਼ਰ ਆ ਰਹੀਆਂ ਕੀ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਅਗਲੇ ਸਾਲ ਉਹਦੇ ਵਿੱਚ ਜਿਹੜਾ ਵਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਔਰ ਕਾਂਗਰਸ ਇਕੱਠੇ ਇਲੈਕਸ਼ਨ ਲੜੂਗੀ ਔਰ ਇਹਦੇ ਨਾਲ ਹੀ ਸਰ ਇਹ ਸਵਾਲ ਆ ਕਿ ਜਿਹੜਾ ਮੋਦੀ ਸਰਕਾਰ ਵੱਲੋਂ ਇੱਕ ਨਵਾਂ ਪ੍ਰੋਗਰਾਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਨ ਨੇਸ਼ਨ ਵਨ ਇਲੈਕਸ਼ਨ ਕਿ ਇੱਕ ਦੇਸ਼ 'ਚ ਇੱਕ ਚੁਣਾਵ ਇਹਨੂੰ ਵੀ ਸਰ ਕਿੱਦਾਂ ਦੇਖਦੇ ਦੇਖੋ ਇਹ ਜਿਹੜਾ ਮੁੱਦਾ ਮੋਦੀ ਸਾਹਿਬ ਨੇ ਦਿੱਤਾ ਵਾ ਜੀ ਇਹਦੇ 'ਚ ਉਹਨਾਂ ਦੀ BJP ਦੀ ਔਰ ਮੋਦੀ ਸਾਹਿਬ ਦੀ ਬੁਖਲਾਹਟ ਚੱਲ ਰਹੀ ਹੈ ਕਿਉਂਕਿ ਜਿਹੜਾ ਇੰਡੀਆ ਅਲਾਇੰਸ ਹੋਇਆ ਉਹ ਦਿਨ ਬ ਦਿਨ ਵੱਧ ਪਾਰਟੀਆਂ ਜਿਹੜੀਆਂ ਨੇ ਉਹਦੇ 'ਚ ਜੁੜਦੀਆਂ ਜਾ ਰਹੀਆਂ ਔਰ ਬੜਾ ਅੱਛਾ ਕੰਸੈਂਸਿਸ ਜਿਹੜਾ ਵਾ ਉਹ ਮੋਦੀ ਦੇ ਖਿਲਾਫ ਬਣਦਾ ਜਾ ਰਿਹਾ ਜਿਹਦੇ ਕਰਕੇ
ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਆ ਔਰ ਉਹ ਇਹੋ ਜਿਹੇ ਐਲਾਨ ਜਿਹੜੇ ਆ ਉਹ ਕਰ ਰਿਹਾ ਕਿ ਵੋਟਾਂ ਜਿਹੜੀਆਂ ਨੇ ਉਹ ਸਮੇਂ ਤੋਂ ਪਹਿਲਾਂ ਕਰਾ ਦਿੱਤੀਆਂ ਜਾਣ ਔਰ ਜਿਹੜੀਆਂ ਅਸੈਂਬਲੀਆਂ ਵੀ ਨੇ ਉਹ ਵੀ ਵਨ ਨੇਸ਼ਨ ਵਨ ਇਲੈਕਸ਼ਨ ਜਿਹੜੀ ਆ ਉਹ ਕਰਾ ਦਿੱਤੀ ਜਾਵੇ। ਇਹ ਸਾਰੀਆਂ ਜਿਹੜੀਆਂ ਕਾਰਨ ਨੇ ਇਹਦੇ ਪਿੱਛੇ ਜਿਹੜੀ ਆ ਬੁਖਲਾਹਟ ਆ ਮੋਦੀ ਦੀ ਉਹ ਚੱਲ ਰਹੀ। ਸਰ ਕੀ ਪੰਜਾਬ ਦੀ ਲੋਕ ਸਭਾ ਇੱਕ ਸਵਾਲ ਮੇਰਾ ਰਹਿ ਗਿਆ ਕਿ ਅਗਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਜਿਹੜੀਆਂ ਲੋਕ ਸਭਾ ਚੋਣਾਂ ਵਾ ਇਹ ਕੀ ਆਪਸ 'ਚ ਮਿਲ ਕੇ ਲੜਨਗੀਆਂ ਜਾਂ ਕੀ ਇੱਥੇ ਹੋਊਗਾ? ਲੋਕ ਜਾਣਨਾ ਚਾਹ ਰਹੇ ਤੁਹਾਡੇ ਤੋਂ। ਇਹਦਾ ਫੈਸਲਾ ਜਿਹੜਾ ਵਾ ਉਹ ਸਾਡੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਆ ਜੀ ਉਹਨਾਂ ਨੇ ਕਰਨਾ ਵਾ, ਕਿਉਂਕਿ ਹੁਣ ਜਦੋਂ ਸਵਾਲ ਦੇਸ਼ ਦਾ ਆ ਜੇ ਜੀ ਫਿਰ ਜਿਹੜੇ ਸਟੇਟ ਦੇ ਜਿਹੜੇ ਹੈਗੇ ਆ ਉਹ ਜਿਹੜੀਆਂ ਗੱਲਾਂ ਨੇ ਉਹ ਛੁੱਟੀਆਂ ਰਹਿ ਜਾਂਦੀਆਂ ਜਦੋਂ ਦੇਸ਼ ਨੂੰ ਬਚਾਉਣ ਦੀ ਗੱਲ ਹੋਵੇ ਜੀ। ਸੋ ਜੋ ਵੀ ਫੈਸਲਾ ਸਾਡੀ ਦਿੱਲੀ ਦੀ ਲੀਡਰਸ਼ਿਪ ਕਰੇਗੀ ਅਸੀਂ ਉਹ ਫੈਸਲਾ ਖਿੜੇ ਮੱਥੇ ਪ੍ਰਵਾਨ ਕਰਕੇ ਪਾਰਟੀ ਲਈ ਕਰਾਂਗੇ। ਗੱਲਬਾਤ ਲਈ ਧੰਨਵਾਦ। ਇਹ ਸਨ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਔਰ ਤੇਜ਼ ਤਰਾਰ ਨੇਤਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਹੀ ਚਾਹੇ ਉਹ ਲੁਧਿਆਣਾ ਵਾ ਚਾਹੇ ਨਵਾਂ ਸ਼ਹਿਰ ਆ ਚਾਹੇ ਅੱਜ ਪਠਾਨਕੋਟ ਆ ਜਾਂ ਕਾਦੀਆਂ ਹਲਕਾ ਵਾ ਲਗਾਤਾਰ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਰਹੇ ਆ ਔਰ 24 ਦੇ ਵਿੱਚ ਜਿਹੜਾ ਇੰਡੀਆ ਗਠਬੰਧਨ ਬਣ ਰਿਹਾ ਵਾ ਉਹਨੂੰ ਲੈ ਕੇ ਸੇਖਵਾਂ ਸਾਹਿਬ ਨੇ ਇਹ ਕਿਹਾ ਵਾ ਕਿ ਦੇਸ਼ ਹਿੱਤ ਦੀ ਜਿੱਥੇ ਗੱਲ ਆਏਗੀ ਜੋ ਵੀ ਉਹਨਾਂ ਨੂੰ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇਸ਼ ਹਿੱਤ ਵਿੱਚ ਉਹ ਜੋ ਵੀ ਫੈਸਲਾ ਲੈਣਗੇ ਪੰਜਾਬ ਦੀ ਆਮ ਆਦਮੀ ਪਾਰਟੀ ਉਹਨੂੰ ਜਿਹੜਾ ਵਾ ਖਿੜੇ ਮੱਥੇ ਪ੍ਰਵਾਨ ਕਰੇਗੀ। ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 2 ਨੂੰ ਜਿਹੜਾ ਵਾ ਨੌਜਵਾਨਾਂ ਲਈ ਉਹਨਾਂ ਨੇ ਬਹੁਤ ਚੰਗੀ ਗੱਲ ਦੱਸੀ ਆ। ਨਸ਼ੇ ਅਤੇ ਡਰੱਗ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਕਿਹਾ ਵਾ ਕਿ ਥੋੜ੍ਹਾ ਜਿਹਾ ਟਾਈਮ ਹੋਰ ਚਾਹੀਦਾ ਵਾ, ਜਲਦੀ ਇਹਨੂੰ ਜਿਹੜਾ ਵਾ ਪੰਜਾਬ ਸਰਕਾਰ ਬਿਲਕੁਲ ਬ੍ਰੇਕ ਲਾ ਦੇਗੀ। ਸੋ ਬਾਕੀ ਹੋਰ ਤਮਾਮ ਖਬਰਾਂ ਲਈ ਤੁਸੀਂ ਜੁੜੇ ਰਹੋ ਖਬਰ ਦੇ ਨਾਲ। ਧੰਨਵਾਦ।